ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਤੇਜ਼ਧਾਰ ਹਥਿਆਰਾਂ ਨਾਲ ਉਸਦਾ ਗਲਾ ਵੱਢ ਦਿੱਤਾ। ਹਾਲਾਂਕਿ ਪੁਲਿਸ ਨੇ ਮੁਲਜ਼ਮ ਪਤਨੀ ਨੂੰ ਗ੍ਰਿਫਤਾਰ ਕਰ ਲਿਆ, ਪਰ ਉਸਦਾ ਪ੍ਰੇਮੀ ਪੁਲਿਸ ਦੀ ਗ੍ਰਿਫਤ ਤੋਂ ਅਜੇ ਵੀ ਬਾਹਰ ਹੈ। ਇਹ ਘਟਨਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਨਈਆ ਵਾਲਾ ਤੋਂ ਸਾਹਮਣੇ ਆਈ ਹੈ, ਜਿੱਥੇ 35 ਸਾਲ ਦੇ ਨੌਜਵਾਨ ਜਸਜੀਤ ਸਿੰਘ ਉਰਫ ਜੱਸਾ ਦੀ ਖੂਨ ਦੇ ਨਾਲ ਲੱਥਪੱਥ ਲਾਸ਼ ਉਸਦੇ ਘਰ ਦੇ ਵਿੱਚੋਂ ਮਿਲੀ, ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਕਤਲ ਦੇ ਪਿੱਛੇ ਇਲਜ਼ਾਮ ਉਸਦੀ ਪਤਨੀ ਤੇ ਲੱਗੇ ਨੇ ਕਿ ਉਸਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਹੈ ਕਿ ਜਸਜੀਤ ਪਿੰਡ 'ਚ ਜ਼ਿਮੀਦਾਰਾਂ ਨਾਲ ਦਿਹਾੜੀ ਕਰਦਾ ਸੀ ਅਤੇ ਉਸਦੀ ਪਤਨੀ ਨਾਲ ਉਸਦੀ ਅਣਬਣ ਰਹਿੰਦੀ ਸੀ, ਜੋ ਕੁਝ ਦਿਨਾਂ ਤੋਂ ਘਰ ਨਹੀਂ ਰਹਿ ਰਹੀ ਸੀ। ਉਹਨਾਂ ਨੇ ਦੱਸਿਆ ਕਿ ਕੱਲ ਰਾਤ ਵੀ ਉਹ ਦਿਹਾੜੀ ਕਰਕੇ ਆਪਣੇ ਘਰ ਗਿਆ। ਜਦੋਂ ਸਵੇਰੇ ਉਸਦਾ ਇੱਕ ਸਾਥੀ ਉਸਨੂੰ ਲੈਣ ਗਿਆ ਤਾਂ ਉਸਨੇ ਦਰਵਾਜ਼ਾ ਨਹੀਂ ਖੋਲਿਆ ਤੇ ਜਦੋਂ ਦਰਵਾਜ਼ਾ ਨਹੀਂ ਖੋਲਿਆ ਤਾਂ ਉਹ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋਇਆ ਤਾਂ ਦੇਖਿਆ ਕਿ ਜਸਜੀਤ ਖੂਨ ਦੇ ਨਾਲ ਲੱਥਪੱਥ ਪਿਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ। ਉਹਨਾਂ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਵੱਲੋਂ ਹੀ ਆਪਣੇ ਪ੍ਰੇਮੀ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜੋ ਬਾਅਦ ਦੇ ਵਿੱਚ ਫਰਾਰ ਹੋ ਗਏ ਸਨ। ਹਾਲਾਂਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ, ਪਰ ਉਸਦਾ ਪ੍ਰੇਮੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਹੈ। ਸਾਡੇ ਪਰਸ ਨੂੰ ਇੱਕ ਘਟਨਾ ਵਾਪਰੀ, ਇੱਕ ਨੌਜਵਾਨ ਮੁੰਡੇ ਦਾ ਮਰਡਰ ਹੋਇਆ। ਉਹਦਾ ਅਜੇ ਵਿੱਚ ਕੋਈ ਪਤਾ ਨਹੀਂ ਲੱਗ ਰਿਹਾ। ਉਹ ਵੈਸੇ ਉਹਦੀ ਜਿਹੜੀ ਮੇਨ ਉਹਦੀ ਹੈਗੀ ਜਿਹੜੀ ਉਹਦੀ ਘਰ ਵਾਲੀ ਹੈ, ਉਹ ਮੰਨ ਗਈ ਕੱਲ੍ਹ ਥਾਣੇ ਦੇ ਵਿੱਚ ਕਿਸੇ ਬੰਦੇ ਨਾਲ ਉਹਦਾ ਪ੍ਰੇਮ ਚੱਲਦਾ ਸੀਗਾ। ਉਹਦੇ ਨਾਲ ਰਲ ਕੇ ਉਹਨਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਜੀ। ਅਤੇ ਜਿਹੜਾ ਦੋਸ਼ੀ ਹੈ ਉਹ ਅਜੇ ਬੰਦਾ ਫੜਿਆ ਨਹੀਂ ਗਿਆ ਗਾ, ਉਹ ਕੁੜੀ ਫੜੀ ਗਈ, ਉਹ ਮੰਨ ਗਈ। ਪਰ ਬਹੁਤ ਗਰੀਬ ਸੀਗੇ ਇਹ ਮੁੰਡੇ ਦਾ, ਪਿਛਲੇ ਸਾਲ ਇਹਨੇ ਇੱਕ ਜ਼ਮੀਨ ਕਿੱਲਾ ਵੇਚਿਆ ਸੀਗਾ ਬਾਹਰ ਜਾਣ ਵਾਸਤੇ। ਉਹ ਉਹਦੇ ਨਾਲ ਠੱਗੀ ਬਾਜੀ, ਏਜੰਟ ਸੀ ਨਾ, ਪੈਸੇ ਲੈ ਕੇ ਫਰਾਰ ਹੋ ਗਿਆ ਤਾਂ ਰਹਿ ਗਿਆ। ਘਰ ਦੇ ਵਿੱਚ ਕਈ ਅਗਲੇ ਚੱਲਦਾ ਸੀਗਾ, ਇਸ ਕਰਕੇ ਉਹ ਮਾੜਾ ਮੋਟਾ ਟੈਂਸ਼ਨ ਸੀਗੀ ਘਰ ਵਾਲੀ। ਉਹ ਘਰ ਵਾਲੀ ਪੇਖੇ ਗਈ ਵੀ ਸੀ, ਇਹ ਮੁੰਡਾ ਘਰ ਕੰਮ ਕਰਦਾ ਜੀ, ਕਿਸੇ ਨਾਲ ਦਿਹਾੜੀਦਾਰ ਕੰਮ ਕਰਦਾ। ਉਸ ਦਿਨ ਉਹ ਇਹ ਬੰਦਾ ਕਿਸੇ ਦੇ ਘਰ ਆਪਣੇ ਮੱਕੀ ਦਾ ਚਾਰ ਬਣਾ ਕੇ ਆਇਆ ਸੀ। ਉਹ ਕਹਿੰਦੇ ਵੀ ਤੂੰ ਇੱਥੇ ਪੈ ਜਾ, ਰੋਟੀ ਪਾਣੀ ਖਾ ਕੇ ਵੀ ਤਾਂ ਇੱਥੇ ਤੂੰ ਪੈ ਜਾ। ਪਰ ਇਹ ਗਿਣੀ ਮਿਣੀ ਸਾਜ਼ ਸੀ, ਉਹ ਕੁੜੀ ਕਹਿੰਦੀ ਨਹੀਂ ਤੂੰ ਆਪਣੇ ਘਰ ਜਾ ਕੇ ਪੈ, ਵੀ ਘਰ ਆਪਣਾ ਖਾ ਲਈਏ। ਉਸ ਰਾਤ 'ਤੇ ਘਟਨਾ ਵਾਪਰੀ, ਸ਼ਾਮ ਨੂੰ ਰਾਤ ਨੂੰ ਜੋ ਕਿ 10:30 ਵਜੇ ਘਰ ਆਇਆ ਜੀ ਇਹ। ਉਸ ਤੋਂ ਵੀ ਬੰਦੇ ਉਹ ਕੋਈ ਮਗਰ ਲੱਗੇ ਹੋਏ ਸੀ, ਉਹ ਰਾਤ ਨੂੰ ਤਾਂ ਮਰਡਰ ਕਰ ਗਏ। ਸਵੇਰੇ ਜਦੋਂ ਇੱਕ ਬੰਦਾ ਮੁੰਡਾ ਹੋਰ ਸੀ ਪਿੰਡ 'ਚ, ਉਹਨੇ ਕੰਮ 'ਤੇ ਇਹਨੂੰ ਲਿਜਾਣਾ ਸੀਗਾ, ਉਹਨੇ ਇਹਨੂੰ ਫੋਨ ਕਰਿਆ। ਫੋਨ ਕਰਨ ਦੇ ਵਿੱਚ ਉਹ ਇਹ ਫੋਨ ਨਹੀਂ ਚੱਕਿਆ ਨਾ, ਉਹ ਮੁੰਡਾ ਜੋ ਕੰਧ ਟੱਪ ਕੇ ਗਿਆ ਅਤੇ ਉਹ ਵੇਖਿਆ ਉਹਦੀ ਲਾਸ਼ ਲੱਥਪੱਥ ਹੋਈ ਪਈ ਸੀ, ਇੱਕ ਪਾਸੇ ਉਹਦਾ ਧੌਣ ਕੱਟੀ ਹੋਈ ਸੀ। ਫਿਰ ਉਹਨੇ ਸਾਨੂੰ ਦੱਸਿਆ, ਉਹਦੇ 10 ਬੰਦੇ ਅਸੀਂ ਪੰਚਾਇਤ ਦੇ ਉੱਤੇ ਗਏ, ਜਾ ਕੇ ਦੇਖਿਆ, ਫਿਰ ਅਸੀਂ ਥਾਣੇ 'ਤੇ ਲਾਹ ਦਿੱਤੀ। ਫਿਰ ਇਸ ਤਰ੍ਹਾਂ ਇਹ ਗੱਲ ਵਾਪਰੀ। ਜਿਹਨੇ ਦਾ ਪੋਸਟਮਾਰਟਮ ਇੱਥੇ ਲਿਆਏ ਹਾਂ ਜੀ, ਉਹ ਕੁੜੀ ਫੜ ਲਈ ਹੈ, ਕੁੜੀ ਨੂੰ ਜੋ ਇੰਟਰੋਗੇਟ ਕੀਤਾ ਉਹ ਕੁੜੀ ਮੰਨ ਗਈ ਵੀ ਹਾਂ ਮੈਂ ਕਰਾਇਆ, ਮੈਂ ਆਪਣੇ ਪ੍ਰੇਮੀ ਦੇ ਨਾਲ ਰਲ ਕੇ। ਜਿਹਦਾ ਰਾਤ ਪੁਲਿਸ ਵਾਲੇ ਰੇਡ ਵੀ ਪਾਈ ਸੀ, ਉਹ ਬੰਦਾ ਫੜਿਆ ਨਹੀਂ ਗਿਆ। ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ, ਬੰਦੇ ਫੜੇ ਜਾਣੇ ਚਾਹੀਦੇ, ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ। ਭੂਰਾ ਭੂਰਾ ਬੱਚੇ ਵਿਚਾਰੇ ਉਹ ਕਿੱਧਰ ਜਾਣਗੇ ਜੀ? ਇਹਨਾਂ ਜੀ ਕੱਲ੍ਹ ਫਰੀਦਕੋਟ ਪੁਲਿਸ ਦੇ ਪੁਲਿਸ ਸਟੇਸ਼ਨ ਵਾਜਾਖਾਨਾ 'ਚ ਇੱਕ ਸਾਨੂੰ ਇਤਲਾਹ ਮਿਲੀ ਸੀ ਕਿ ਘਣੀ ਵਾਲੇ ਪਿੰਡ 'ਚ ਜਸਜੀਤ ਜੱਸਾ ਜਿਹੜਾ ਵਿਅਕਤੀ ਹੈਗੀ ਹੈ, ਅਤੇ ਉਹਦਾ ਘਰ ਜਦੋਂ ਉਹਦੇ ਘਰਦਿਆਂ ਨੇ ਚੈੱਕ ਕੀਤਾ ਅਤੇ ਉਹਦਾ ਡੈੱਡ ਬੋਡੀ ਮਿਲੀ, ਜਿਸ ਤੋਂ ਦੇਖਣ ਤੋਂ ਪਤਾ ਲੱਗਾ ਕਿ ਉਹਦਾ ਕਤਲ ਹੋਇਆ ਸੀ। ਪਰ ਅਸੀਂ ਉਹਦੀ ਭੈਣ ਦੇ ਬਿਆਨਾਂ 'ਤੇ, ਮ੍ਰਿਤਕ ਦੀ ਭੈਣ ਦੇ ਬਿਆਨਾਂ 'ਤੇ ਇੱਕ FIR ਦਰਜ ਕੀਤੀ, 62 ਨੰਬਰ 103 BNS ਦੇ ਅੰਡਰ ਵਾਜਾਖਾਨਾ ਪੁਲਿਸ ਸਟੇਸ਼ਨ 'ਚ। ਭੈਣ ਨੇ ਦੱਸਿਆ ਕਿ ਜਿਹੜਾ ਕਤਲ ਹੈ ਉਹਦੀ ਭਾਬੀ ਅਤੇ ਉਹਦੇ ਨਾਲ ਇੱਕ ਸਾਥੀ ਨੇ ਰਲ ਕੇ ਇਹ ਕਰਾਇਆ। ਇਹ
ਦੋਸ਼ ਹੈ ਜੀ ਅਜੇ ਸਬਸਟੈਂਸ਼ੀਏਟ ਸੁਣਿਆ ਜਾਣੀ ਕੋਈ ਗੱਲ ਇਹਨੂੰ ਸਬਸਟੈਂਸ਼ੀਏਟ ਕਰਨਾ ਅਜੇ ਜਾਣੀ ਕਿ ਬਾਕੀ ਹੈਗਾ ਕੀ ਇਹਨਾਂ ਦਾ ਰਿਲੇਸ਼ਨ ਕੀ ਸੀ ਲੇਡੀ।